भगवते श्री कदम जीजी सह एवं श्री कदम जीजी पाठशाही दशमी परित्रम भगवते शिवर के गुरु नानक रही के आए फिर अंगद गुरुदेव प्रदास राम दास हुई सहाये अर्जन हर गोविंदनो सिमरो श्री हरनाय श्री हर कृष्ण के यज श्रिठ सब दुख जाए तेग बहादुर सिमरिये कारणों के आवे ताए संथाई होए सहाये दसवें पातशाह श्री गुरु गोविंद सिंह जी संथाई होए सहाये दसां पातशाहियां दी जोत श्री गुरु ग्रंथ साहिब जी दे पाठ दीदार दा ध्यान करके खालसा साहिब बोलो जी आप जी दे घर घर दे प्रीतवान सरदार दरबार सिंह पातशाह जी जितनी कोई आप जी ने स्वासा दी पूंजी बख्शी भोगदे होए संसार की यात्रा करते परिवार नूं साथ संबंधियां नूं विछोड़ा दे के परलोक गमन करके उन्हां दे निमित्त ਉਹਨਾਂ ਦੇ ਰੂਹ ਦੇ ਭਰੇ ਵਾਸਤੇ ਪਾਤਸ਼ਾਹ ਜੀਓ ਸੂ ਰਿਸ਼ਤੇਦਾਰਾਂ ਪਰਿਵਾਰ ਨੇ ਇਕੱਤਰ ਹੋ ਕੇ ਆਪ ਜੀ ਦੇ ਚਰਨਾਂ ਦਾ ਉਹ ਟਾਸਰਾ ਲਿਆ ਪਾਤਸ਼ਾਹ ਜੀਓ ਗ੍ਰਹਿ ਵਿਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਪ੍ਰਾਉਣ ਤੋਂ ਉਪਰੰਤ ਦੇਹੋ ਸੱਜਣ ਅਸੀਸੜੀਆਂ ਜਿਉ ਹੋਵੇ ਸਾਹਿਬ ਸਿਓ ਮੇਰ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਤਮ ਅਰਦਾਸ ਦੇ ਰੂਪ ਵਿੱਚ ਸ਼ਬਦ ਕੀਰਤਨ ਹੋਏ ਛੇ ਪੌੜੀ ਅਨੰਦ ਸਾਹਿਬ ਜੀ ਦੇ ਜਾਪ ਪੜੇ ਸੁਣੇ ਗਏ ਪੜੀ ਸੁਣੀ ਗੁਰਬਾਣੀ ਦਾ ਭਾਵ ਦਾ ਪਾਈ ਸੰਗਤ ਅਤੇ ਪਰਿਵਾਰ ਦੇ ਹਿਰਦੇ ਤੇ ਸੋਨਾ ਗੁਰਬਾਣੀ ਦਾ ਥਲੇ ਦੇਸ਼ ਵਿਛੜੀ ਹੋਈ ਰੂਹ ਨੂੰ ਬਖਸ਼ਣਾ ਪਾਤਸ਼ਾਹ ਜੀਓ ਸੇਵਾਵਾਂ ਕਰਦਿਆਂ ਗੁਰਬਾਣੀ ਦੇ ਜਾਪ ਪੜਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਗੁਰਮਸਤੋ ਜੀ ਬਖਸ਼ਣੀ ਪਾਤਸ਼ਾਹ ਜੀਓ ਵਿਛੜੀ ਹੋਈ ਰੂਹ ਨੂੰ ਸਦੀਵ ਸਦੀਵ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ ਆਵਾਗਮਨ ਦੇ ਚੱਕਰ ਤੋਂ ਮੁਕਤ ਕਰਨਾ 84 ਲੱਖ ਜੋਗ ਤੋਂ ਬਚਾਉਣਾ ਪਾਤਸ਼ਾਹ ਜੀਓ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੋਂ ਬਖਸ਼ਣਾ ਪਰਿਵਾਰ ਦੇ ਸਿਰ ਤੇ ਦੇਸ਼ ਵਿਦੇਸ਼ ਵਿੱਚ ਰਹਿੰਦੇ ਬੱਚਿਆਂ ਦੇ ਸਿਰ ਤੇ ਮੇਰ ਭਰੇ ਹੱਥ ਆਪਣੇ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਬਿਮਾਰੀਆਂ ਦੇ ਨਾਸ਼ ਕਰਨੇ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੁੜ ਲੈਣਾ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਤਰਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀਓ ਸੂ ਸੰਗਤਾਂ ਦੇ ਸਿਰਾਂ ਤੇ ਮੇਰ ਭਰੇ ਹੱਥ ਰੱਖਣੇ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਬੇਅੰਤ ਦਰਸ਼ਨੀ ਮਾਇਆ ਭੇਟਾ ਸੇਵਕ ਪਰਿਵਾਰ ਵੱਲੋਂ ਹਾਜ਼ਰ ਹੋਈ ਹੈ ਕੀਰਤਨ ਮਾਇਆ ਭੇਟਾ ਹਾਜ਼ਰ ਹੋਈ ਹੈ ਅਰਦਾਸ ਭੇਟ ਮਾਇਆ ਹਾਜ਼ਰ ਹੋਈ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ ਮਾਲੋ ਮਾਲ ਕਰਨੇ ਕਾਲ ਕੰਟਕ ਦੂਰ ਕਰਨੇ ਪਾਤਸ਼ਾਹ ਜੀਓ ਆਪ ਜੀ ਨੂੰ ਆਪ ਜੀ ਤਾਈ ਪਾਤਸ਼ਾਹ ਜੀਓ ਸੇਵਕ ਪਰਿਵਾਰ ਨੇ ਸੁੰਦਰ ਪੈਸ਼ਾ ਕੇ ਬਣਾਏ ਹਨ ਲੋਕ ਪ੍ਰਲੋਕ ਵਿੱਚ ਪੜਦੇ ਗਜਰੇ ਮੇਰ ਭਰੇ ਹੱਥ ਰੱਖਣੇ ਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸ੍ਰੀ ਵਾਹਿਗੁਰੂ ਸਾਹਿਬ ਜੀਓ ਤੁਹਾਡੀ ਮਹਲਾ ਪੰਜਵਾਂ ਹਰ ਬਿਸਰਤ ਸਦਾ ਖੁਆਰੀ ਬਲਿਹਾਰੀ ਗੁਣ ਨਿਧਾਨ
जनमा नानक दिस बलहारी वाहिगुरु जी का खालसा वाहिगुरु जी की फतेह। सबना अपने दर घर का प्यार रखन, अपने दर घर नाल जोड़ी रखन। जिन्हिया भी संगत ने सेवक परिवार के दुख में शरीक हुई हैं, सबना का सेवक परिवार वालों तह दिलों धन्यवाद है। सेवक हुण अमृत मेकड़ा प्रशादियां देगा वर्तन गिया, उपरंत जो सेवक परिवार वालों गुरु के लंगर तैयार हैं, सबना ने थोड़े चो थोड़ा बहुते चो बहुता छक के जान की कृपालता करनी है। ये सेवक परिवार वालों बेनती प्रवान करनी जी। वाहिगुरु जी का खालसा वाहिगुरु जी की फतेह। सब पांच मिनट में आ रहा हूँ, मैं पांच सात मिनट में आ रहा हूँ, पांच सात मिनट में आ रहा हूँ, मत्था टेक लिया मैं आ रहा हूँ। Thank you.
ਧਿਆਨ ਕਰਕੇ ਖਾਲਸਾ ਸਾਹਿਬ ਬੋਲੋ
ਅਜਾ ਤਕ ਤਾਂ ਸਰਬਿਤ ਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਚਿੱਤ ਆਵਰਨ ਕਰ ਸਕਦਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਹਿਬ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਨਾਮਦਾਨ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਅਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਜੀ ਕੇ ਬੋਲਬਾਲੇ ਅਕਤਾ ਰੱਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਸ਼੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਧਾਮਾਂ ਖੁੱਲੇ ਦਰਸ਼ਨ ਦੀਦਾਰ ਸਿਮਾਨ ਨੇ ਤਾਣਿਆਂ ਦੇ ਤਾਨ ਅਨੁਸਾਰ ਆਪ ਜੀ ਦੇ ਘਰ ਘਰ ਦੇ ਪ੍ਰੀਤਵਾਨ ਸਰਦਾਰ ਦਰਬਾਰ ਸਿੰਘ ਪਾਤਸ਼ਾਹ ਜੀ ਔਰ ਜਿਤਨੀ ਕੋਈ ਆਪ ਜੀ ਨੇ ਸਵਾਸਾਂ ਦੀ ਪੂੰਜੀ ਬਖਸ਼ੀ ਭੋਗਦੇ ਹੋਏ ਸੰਸਾਰ ਦੀ ਯਾਤਰਾ ਕਰਦੇ ਪਰਿਵਾਰ ਨੂੰ ਸਾਥ ਸੰਬੰਧੀਆਂ ਨੂੰ ਵਿਛੋੜਾ ਦੇ ਕੇ ਪਰਲੋਕ ਗਮਨ ਕਰਕੇ ਉਹਨਾਂ ਦੇ ਨਿਮਿਤ ਉਹਨਾਂ ਦੇ ਰੂਹ ਦੇ ਭਰੇ ਵਾਸਤੇ ਪਾਤਸ਼ਾਹ ਜੀ ਔਰ ਸੂ ਰਿਸ਼ਤੇਦਾਰਾਂ ਪਰਿਵਾਰ ਨੇ ਇਕੱਤਰ ਹੋ ਕੇ ਆਪ ਜੀ ਦੇ ਚਰਨਾਂ ਦਾ ਉਹ ਟਾਸਰਾ ਲਿਆ ਪਾਤਸ਼ਾਹ ਜੀ ਉਹ ਗ੍ਰਹਿ ਵਿਖੇ ਸ੍ਰੀ ਸਹਿਜ ਪਾਠਾਂ ਦੇ ਭੋਗ ਪਰਾਉਣ ਤੋਂ ਉਪਰੰਤ ਦੇਹੋ ਸੱਜਣ ਅਸੀਂ ਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਰ ਪਾਤਸ਼ਾਹ ਜੀ ਉਹ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਅੰਤਮ ਅਰਦਾਸ ਦੇ ਰੂਪ ਵਿੱਚ ਸ਼ਬਦ ਕੀਰਤਨ ਹੋਏ ਛੇ ਪੌੜੀ ਅਨੰਦ ਸਾਹਿਬ ਜੀ ਦੇ ਜਾਪ ਪੜੇ ਸੁਣੇ ਗਏ ਪੜੀ ਸੁਣੀ ਗੁਰਬਾਣੀ ਦਾ ਭਾਵ ਦਾ ਪਾਈ ਸੰਗਤ ਅਤੇ ਪਰਿਵਾਰ ਦੇ ਹਿਰਦੇ ਤੇ ਸੋਨਾ ਗੁਰਬਾਣੀ ਦਾ ਭਲੇ ਦੇਸ਼ ਵਿਛੜੀ ਹੋਈ ਰੂਹ ਨੂੰ ਬਖਸ਼ਣਾ ਪਾਤਸ਼ਾਹ ਜੀਓ ਸੇਵਾਵਾਂ ਕਰਦਿਆਂ ਗੁਰਬਾਣੀ ਦੇ ਜਾਪ ਪੜਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮਤ ਬਖਸ਼ਣੀ ਗੁਰਮਸੋ ਜੀ ਬਖਸ਼ਣੀ ਪਾਤਸ਼ਾਹ ਜੀਓ ਵਿਛੜੀ ਹੋਈ ਰੂਹ ਨੂੰ ਸਦੀਵ ਸਦੀਵ ਆਪਣੇ ਚਰਨਾਂ ਦਾ ਨਿਵਾਸ ਬਖਸ਼ਣਾ ਆਵਾਗਮਨ ਦੇ ਚੱਕਰ ਤੋਂ ਮੁਕਤ ਕਰਨਾ 84 ਲੱਖ ਜੋਗ ਤੋਂ ਬਚਾਉਣਾ ਪਾਤਸ਼ਾਹ ਜੀਓ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਤੋਂ ਬਖਸ਼ਣਾ ਪਰਿਵਾਰ ਦੇ ਸਿਰ ਤੇ ਦੇਸ ਵਿਦੇਸ ਵਿੱਚ ਰਹਿੰਦੇ ਬੱਚਿਆਂ ਦੇ ਸਿਰ ਤੇ ਮੇਰ ਭਰੇ ਹੱਥ ਆਪਣੇ ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਵਰਤਾਉਣੀ ਦੁੱਖਾਂ ਕਲੇਸ਼ਾਂ ਬਿਮਾਰੀਆਂ ਦੇ ਨਾਸ਼ ਕਰਨੇ ਕਾਮ ਕ੍ਰੋਧ ਲੋਭ ਹੰਕਾਰ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਜੁੜ ਲੈਣਾ ਪਾਤਸ਼ਾਹ ਜੀਓ ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਸਭ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰਤੇ ਪ੍ਰਵਾਨ ਕਰਨੀਆਂ ਪਾਤਸ਼ਾਹ ਜੀ ਉਸ ਨੂੰ ਸੰਗਤਾਂ ਦੇ ਸਿਰਾਂ ਤੇ ਮੇਰ ਭਰੇ ਹੱਥ ਰੱਖਣੇ ਆਪਣੇ ਦਰ ਘਰ ਦਾ ਪਿਆਰ ਬਖਸ਼ਣਾ ਬੇਅੰਤ ਦਰਸ਼ਨੀ ਮਾਇਆ ਭੇਟਾ ਸੇਵਕ ਪਰਿਵਾਰ ਵੱਲੋਂ ਹਾਜ਼ਰ ਹੋਈ ਹੈ ਕੀਰਤਨ ਮਾਇਆ ਭੇਟਾ ਹਾਜ਼ਰ ਹੋਈ ਹੈ ਅਰਦਾਸ ਭੇਟ ਮਾਇਆ ਹਾਜ਼ਰ ਹੋਈ ਜਿੰਨਾ ਖਜ਼ਾਨੇ ਚ ਮਾਇਆ ਆਈ ਸੋ ਖਜ਼ਾਨੇ ਭਰਪੂਰ ਕਰਨੇ ਮਾਲੋ ਮਾਲ ਕਰਨੇ ਕਾਲ ਕੰਟਕ ਦੂਰ ਕਰਨੇ ਪਾਤਸ਼ਾਹ ਜੀਓ ਆਪ ਜੀ ਨੂੰ ਆਪ ਜੀ ਤਾਈ ਪਾਤਸ਼ਾਹ ਜੀਓ ਸੇਵਕ ਪਰਿਵਾਰ ਨੇ ਸੁੰਦਰ ਪੈਸ਼ਾ ਕੇ ਬਣਾਏ ਹਨ ਲੋਕ ਪ੍ਰਲੋਕ ਵਿੱਚ ਪੜਦੇ ਗਜਰੇ ਮੇਰ ਭਰੇ ਹੱਥ ਰੱਖਣੇ ਪੁੱਲ ਦਾ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸ਼੍ਰੀ ਵਾਹਿਗੁਰੂ ਨਾਨਕ ਤਿਸ ਬਲੇ
ਸਭਨਾ ਮਰਨ ਆਇਆ ਕੌਣ ਆਪਣੇ ਦਰ ਘਰ ਦਾ ਪਿਆਰ ਰੱਖਣ ਆਪਣੇ ਦਰ ਘਰ ਨਾਲ ਜੋੜੀ ਰੱਖਣ ਜਿੰਨੀਆਂ ਵੀ ਸੰਗਤਾਂ ਨੇ ਸੇਵਕ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋਈਆਂ ਹਨ ਸਭਨਾ ਦਾ ਸੇਵਕ ਪਰਿਵਾਰ ਵੱਲੋਂ ਤਹਿ ਦਿਲੋਂ ਧੰਨਵਾਦ ਹੈ ਸੇਵਕ ਹੁਣ ਅੰਮ੍ਰਿਤਮਈ ਕੜਾ ਪ੍ਰਸ਼ਾਦੀਆਂ ਦੇਗਾਂ ਵਰਤਣਗੀਆਂ ਉਪਰੰਤ ਜੋ ਸੇਵਕ ਪਰਿਵਾਰ ਵੱਲੋਂ ਗੁਰੂ ਕੇ ਲੰਗਰ ਤਿਆਰ ਹਨ ਸਭਨਾ ਨੇ ਥੋੜੇ ਚੋਂ ਥੋੜਾ ਬਹੁਤੇ ਚੋਂ ਬਹੁਤਾ ਛਕ ਕੇ ਜਾਣ ਦੀ ਕਿਰਪਾਲਤਾ ਕਰਨੀ ਹੈ ਇਹ ਸੇਵਕ ਪਰਿਵਾਰ ਵੱਲੋਂ ਬੇਨਤੀ ਪ੍ਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਪਰਿਵਾਰ ਨੇ ਜੇ ਕੋਈ ਪੱਗ ਦੀ ਰਸਮ ਕਰਨੀ ਹੈ ਵਾਹਿਗੁਰੂ ਜੀ ਕੀ ਫਤਿਹ 5 ਮਿੰਟ ਬਹਿ ਰਹਾ ਮੈਂ 5-7 ਮਿੰਟ ਬਹਿ ਰਹਾ ਪਾਸਾ ਤੁਹਾਨੂੰ ਬਾਰਾ ਮੈਂ ਮੱਥਾ ਟੇਕ ਦੀ ਬਾਰਾ